ਕਾਂਗਰਸ ਪਾਰਟੀ ਨੂੰ ਹਾਰ ਦੇ ਇੱਕ ਵੱਡੀ ਸੱਟ ਲੱਗੀ ਐ ਉਸ ਤੋਂ ਬਾਅਦ ਉਹਨਾਂ ਨੇ ਮੰਥਨ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਅੱਜ ਵੀ ਜਿਹੜੀ ਮੀਟਿੰਗ ਹੈਗੀ ਆ ਉਹ ਰੱਖੀ ਗਈ ਐ ਸ਼ਾਮ ਨੂੰ 4:00 ਵਜੇ ਸੋ ਇਸ ਖਬਰ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਨਵਨੀਤ ਵੱਧਵਾ ਜੀ ਨਵਨੀਤ ਮੀਟਿੰਗ ਜਿਹੜੀ ਅੱਜ ਹੋਣੀ ਐ ਵਿਧਾਇਕਾਂ ਨੂੰ ਸੱਦਿਆ ਗਿਆ ਸੰਸਦ ਮੈਂਬਰ 8 ਸੀਟਾਂ ਤੋਂ ਜਿਹੜੇ ਚੁਣੇ ਗਏ ਨੇ ਉਹਨਾਂ ਨੂੰ ਸੱਦਿਆ ਗਿਆ ਸਭ ਤੋਂ ਵੱਡੀ ਗੱਲ ਕੀ ਕੁਝ ਅਹਿਮ ਰਹੇਗਾ ਔਰ ਬਦਲਾ ਜਿਹੜੇ ਨੇ ਉਹ ਹੋ ਸਕਦੇ ਨੇ ਹੋਣਗੇ ਤਾਂ ਸਖਤ ਹੋਣਗੇ ਜਾਂ ਫਿਰ ਠੰਡਾ ਰਵਈਆ ਬੜੇ ਦਿਨ ਤੋਂ ਕੈਪਟਨ ਅਬਰਿੰਦਰ ਸਿੰਘ ਦਾ ਦੇਖਿਆ ਜਾ ਰਿਹਾ ਉਹੀ ਰਹੇਗਾ ਜਦੋਂ ਤੋਂ ਨਤੀਜੇ ਆਏ ਨੇ ਕਈ ਚੀਜ਼ਾਂ ਨੇ ਗੁਰਜੋਤ ਜੇ ਅਸੀਂ ਲੜੀਵਾਰ ਗੱਲ ਕਰੀਏ ਤਾਂ ਜਦੋਂ ਸੰਗਰੂਰ ਦੇ ਵਿੱਚ ਇੱਕ ਰੈਲੀ ਦਰਮਿਆਨ ਜਿਹੜੀ ਕੇਵਲ ਢਿੱਲੋਂ ਦੇ ਪੱਖ 'ਚ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਵੱਲੋਂ ਇੱਕ ਰੈਲੀ ਕੀਤੀ ਗਈ ਸੀ ਚੋਣਾਂ ਦਰਮਿਆਨ ਤਾਂ ਉਹਨਾਂ ਨੇ ਕਿਹਾ ਸੀ ਕਿ ਜੇ ਕਿਸੇ ਦੇ ਹਲਕੇ 'ਚੋਂ ਭਾਵੇਂ ਵਿਧਾਇਕ ਹੋਵੇ ਜਾਂ ਕੈਬਨਟ ਮੰਤਰੀ ਹੋਵੇ ਉਹਨਾਂ ਦੇ ਹਲਕਿਆਂ ਤੋਂ ਕਾਂਗਰਸ ਉਮੀਦਵਾਰ ਹਾਰਦਾ ਹੈ ਤੇ ਫਿਰ ਕਾਰਵਾਈ ਕੀਤੀ ਜਾਏਗੀ ਉਸ ਤੋਂ ਬਾਅਦ ਆਪਾਂ ਕਹਿ ਸਕਨੇ ਆ ਕਿ ਲਗਾਤਾਰ ਮੰਥਨ ਸ਼ੁਰੂ ਹੋਇਆ ਤੇ ਹੁਣ ਜਿਹੜੇ ਨਤੀਜੇ ਆਏ ਨੇ 8 ਸੀਟਾਂ ਤੇ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਮਿਸ਼ਨ 13 ਭਾਵੇਂ ਕਾਂਗਰਸ ਦਾ ਪੂਰਾ ਨਾ ਹੋਇਆ ਹੋਵੇ ਪਰ ਉਸ ਤੋਂ ਬਾਅਦ ਅੱਜ ਇਹ ਪਹਿਲਾ ਮੰਥਨ ਹੈ ਜਿਦੇ ਚ ਜਿਹੜੇ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਨੇ 8 ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਹੌਜਲਾ ਹੋ ਗਏ ਸੰਤੋਖ ਚੌਧਰੀ ਰਵਨੀਤ ਬਿੱਟੂ ਮੁਹੰਮਦ ਸਦੀਕ ਪ੍ਰਨੀਤ ਕੌਰ ਮਨੀਸ਼ ਤਿਵਾੜੀ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤਾਂ ਦੋ ਹੋਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਸਾਰੇ ਦੇ ਸਾਰੇ ਅੱਠ ਮੈਂਬਰ ਪਾਰਲੀਮੈਂਟ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਇਸ ਤੋਂ ਇਲਾਵਾ ਜਿਹੜੇ ਐਮ ਐਲ ਏਜ਼ ਹੈਗੇ ਜਾਂ ਕੈਬਨਿਟ ਮੰਤਰੀ ਹੈਗੇ ਉਹ ਵੀ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਨਤੀਜਿਆਂ ਤੇ ਮੰਥਨ ਕੀਤਾ ਜਾਏਗਾ ਕਿ ਕਿਹੜੇ-ਕਿਹੜੇ ਹਲਕੇ 'ਚ ਉਹ ਕੀ ਕੁਝ ਰਿਸਪੌਂਸ ਰਿਹਾ ਚੁਕਿ ਪਹਿਲੀ ਵਾਰ ਜਿਹਾ ਹੋਇਆ ਕਿ ਜਿਹੜੇ ਰੂਰਲ ਇਲਾਕੇ ਨੇ ਜਿਹੜੇ ਪਿੰਡੂ ਇਲਾਕੇ ਨੇ ਉੱਥੋਂ ਕਾਂਗਰਸ ਪਾਰਟੀ ਨੂੰ ਰਿਸਪੌਂਸ ਮਿਲਿਆ ਹੈ ਉੱਥੋਂ ਕਾਂਗਰਸ ਪਾਰਟੀ ਨੇ ਲੀਡ ਲਈ ਹੈ ਸ਼ਹਿਰੀ ਇਲਾਕਿਆਂ 'ਚ ਅਜਿਹੇ ਪਹਿਲੀ ਵਾਰੀ ਹੋਇਆ ਕਿ ਕਾਂਗਰਸ ਪਾਰਟੀ ਪਛੜ ਗਈ। ਕੀ ਇਹ ਮੰਨਿਆ ਜਾਏ ਕਿ ਮੋਦੀ ਵੇਵ ਸੀ ਜਾਂ ਵਜ੍ਹਾ ਕੁਝ ਹੋਰ ਸੀ ਕਿ ਆ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਜਿਸ ਦਿਨ ਨਤੀਜੇ ਆਏ ਉਸੇ ਦਿਨ ਇਹ ਵੀ ਕਿਹਾ ਸੀ ਕਿ ਜਿਹੜਾ ਲੋਕਲ ਬਾਡੀ ਡਿਪਾਰਟਮੈਂਟ ਹੈ ਉਹਦੇ ਵੱਲੋਂ ਕੰਮ ਨਹੀਂ ਕੀਤਾ ਕਿਹਾ ਜਿਸ ਕਰਕੇ ਨੁਕਸਾਨ ਹੋਇਆ। ਸੋ ਉਹਨਾਂ ਸਾਰੀਆਂ ਚੀਜ਼ਾਂ 'ਤੇ ਅੱਜ ਮਨਤਨ ਕੀਤਾ ਜਾਣਾ ਹੈ ਤਾਂ ਜੋ ਅੱਧਾ ਸਮਾਂ ਆਪਾਂ ਕਹਿ ਸਕਨੇ ਆ ਕਿ ਲਗਭਗ 2.5 ਸਾਲ ਪੂਰੇ 2.5 ਸਾਲ ਤਾਂ ਨਹੀਂ ਪਰ ਲਗਭਗ 2.5 ਸਾਲ ਦਾ ਸਮਾਂ ਸਰਕਾਰ ਨੂੰ ਹੋ ਚੁੱਕਿਆ ਹੈ ਸੋ ਅਜੇ ਵਿੱਚ ਅੱਧਾ ਸਮਾਂ ਹੋ ਗਿਆ ਉਸ ਤੋਂ ਬਾਅਦ ਇਹ ਨਤੀਜੇ ਆਏ ਨੇ 2.5 ਸਾਲ ਬਾਅਦ ਫਿਰ ਪੰਜਾਬ ਜਿਹੜਾ ਹੈਗਾ ਚੋਣਾਂ ਦੇ ਮੋੜ 'ਤੇ ਚਲਾ ਜਾਏਗਾ ਇਲੈਕਸ਼ਨ ਮੋੜ 'ਤੇ ਚਲਾ ਜਾਏਗਾ ਵਿਧਾਨ ਸਭਾ ਚੋਣ ਨਜ਼ਦੀਕ ਹੋਏਗੀ ਔਰ ਕਿਤੇ ਨਾ ਕਿਤੇ 5 ਸਾਲ ਦੀ ਸਰਕਾਰ ਦੀ ਐਂਟੀ ਇਨਕੰਮਪੈਂਸੀ ਵੀ ਹੁੰਦੀ ਹੈ ਕਿਹੜੇ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਪੂਰੇ ਨਹੀਂ ਹੋਏ ਕਿਤੇ ਤੇ ਕੀ ਕੰਮ ਹੋਇਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਗਲੀ ਰਣਨੀਤੀ ਕੀ ਰਹੇਗੀ ਪਰ ਉਸ ਤੋਂ ਪਹਿਲਾਂ ਜਿਹੜਾ ਇਹਦਾ ਇੱਕ ਫਰਸਟ ਸਟੈਪ ਰਹੇਗਾ ਉਹ ਰਹੇਗਾ ਕੈਬਨਿਟ ਦੇ ਵਿੱਚ ਰ ਅੱਜ ਉਹਦੇ ਤੇ ਚਰਚਾ ਹੋਣੀ ਕਿਉਂਕਿ 3 ਦਿਨ ਪਹਿਲਾਂ ਤੋਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਤੋਂ ਦਿੱਲੀ ਤੋਂ ਵਾਪਸ ਆਏ ਕੈਬਨਟ ਰੀਸ਼ਫਲ ਨੂੰ ਲੈ ਕੇ ਰਿਪੋਰਟ ਤਿਆਰ ਕਰਨੀ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਸੀ ਰਿਪੋਰਟ ਤਿਆਰ ਕਰਨ ਦਾ ਪ੍ਰੋਸੈਸ ਹੈ ਕਿ ਫੀਡਬੈਕ ਲਿਆ ਜਾਂਦਾ ਕਿਹੜੇ ਮੰਤਰੀ ਦਾ ਕੀ ਕੰਮਕਾਜ ਮਹਿਕਮਿਆਂ ਤੋਂ ਅਫਸਰਾਂ ਤੋਂ ਫੀਡਬੈਕ ਲਿਆ ਜਾਂਦਾ ਕਿ ਵੀ ਮੰਤਰੀ ਆਪਣੇ ਮਹਿਕਮੇ 'ਚ ਕੰਮ ਕਿਸ ਤਰੀਕੇ ਨਾਲ ਕਰ ਰਿਹਾ ਸੋ ਉਸ ਦੇ ਹਿਸਾਬ ਨਾਲ ਜਿਹੜਾ ਹੈਗਾ ਪੋਰਟਫੋਲੀਓ ਰੀਸ਼ਫਲ ਹੋਣ ਦੇ ਰਹੇ ਜਾਂ ਕੁਝ ਨਵੇਂ ਚਿਹਰੇ ਜੁੜਦੇ ਨੇ ਜਾਂ ਕੁਝ ਪੁਰਾਣਿਆਂ ਦੀ ਛੁੱਟੀ ਹੁੰਦੀ ਹੈ ਸੋ ਉਹਨਾਂ ਸਾਰੀਆਂ ਚੀਜ਼ਾਂ ਤੇ ਅ ਨਮਨਿਤ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਕਿਉਂਕਿ ਸੁਨੀਲ ਜਾਖੜ ਨੇ ਜਦੋਂ ਅਸਤੀਫੇ ਦੀ ਗੱਲ ਸਾਹਮਣੇ ਆਈ ਕੈਪਟਨ ਰਮਿੰਦਰ ਸਿੰਘ ਨੇ ਕਿਹਾ ਕਿ ਜੇ ਮੇਰੇ ਤੋਂ ਪੁੱਛਦੇ ਤਾਂ ਮੈਂ ਮਨ੍ਹਾ ਕਰ ਦਿੰਦਾ ਲੱਗਦਾ ਹੈ ਕਿ ਜਿਹੜਾ ਸੁਨੀਲ ਜਾਖੜ ਲਈ ਰਵਈਆ ਕੈਪਟਨ ਰਮਿੰਦਰ ਸਿੰਘ ਦਾ ਜਿਸ ਤਰ੍ਹਾਂ ਠੰਡਾ ਹੈਗਾ ਉਹ ਸਾਰਿਆਂ ਦੇ ਲਈ ਇਸ ਤਰ੍ਹਾਂ ਹੋਗਾ ਵਿਧਾਇਕਾਂ ਦੀ ਗੱਲ ਕਰੀਏ ਜਾਂ ਫਿਰ ਕਿਸੇ ਹੋਰ ਵੱਡੇ ਲੀਡਰ ਦੀ ਗੱਲ ਕਰੀਏ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਲੋਕਲ ਬਾਡੀ ਵਿਭਾਗ ਦੀ ਸਖਤ ਹੋਣਗੇ ਜਾਂ ਠੰਡੇ ਲੈਜੇ ਦੇ ਵਿੱਚ ਨਜ਼ਰ ਆਣਗੇ ਕੀ ਲੱਗਦਾ ਹੈ ਦੇਖੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਕਈ ਚੀਜ਼ਾਂ ਸਾਫ਼ ਹੋਣਗੀਆਂ ਸਭ ਤੋਂ ਪਹਿਲੀ ਚੀਜ਼ ਜੋ ਸਾਰੇ ਐਮਪੀਜ਼ ਤੇ ਐਮਐਲਏ ਨੂੰ ਸੱਦਿਆ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਸਭ ਤੋਂ ਪਹਿਲਾ ਸਵਾਲ ਜਿਹੜਾ ਮੀਡੀਆ ਦੇ ਵਿੱਚ ਵੀ ਹੈ ਤੇ ਲਗਾਤਾਰ ਚਰਚਾਵਾਂ ਵਿੱਚ ਵੀ ਹੈਗਾ ਕਿ ਨਵਜੋਤ ਸਿੰਘ ਸਿੱਧੂ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਜੋ ਸ਼ਾਮਲ ਹੋਣਗੇ ਤੇ ਰਿਐਕਸ਼ਨ ਕੀ ਕੁਝ ਹੋਏਗਾ ਕਿਉਂਕਿ ਜੋ ਟਵੀਟ ਰਾਹੀਂ ਸ਼ਾਇਰਾਨਾ ਅੰਦਾਜ਼ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇੱਕ ਦੂਜੇ ਤੇ ਵਾਰ ਕਿਤੇ ਜਾ ਰਹੇ ਨੇ ਮੁੱਖ ਮੰਤਰੀ ਦੇ ਬਿਆਨ ਸਾਹਮਣੇ ਆ ਰਹੇ ਨੇ ਹੋਰ ਉਹਨਾਂ ਦੇ ਕੈਬਨਿਟ ਮੰਤਰੀਆਂ ਦੇ ਬਿਆਨ ਸਾਹਮਣੇ ਆ ਰਹੇ ਨੇ ਸਿੱਧੂ ਨੂੰ ਲੈ ਕੇ ਸੋ ਸਤੋਂ ਪਹਿਲੀ ਗੱਲ ਤੇ ਇਹ ਵੇਖਣ ਵਾਲੀ ਹੋਏਗੀ ਜਿੱਥੇ ਤਾਂ ਕਿਸੇ ਨੇ ਕਿਹਾ ਕਿ ਸਭਾ ਜਿਹੜਾ ਹੈਗਾ ਜਾਂ ਜਿਹੜਾ ਵਿਵਹਾਰ ਹੈਗਾ ਉਹ ਨਰਮ ਰਹੇਗਾ ਜਿਵੇਂ ਜਾਖੜ ਨੂੰ ਲੈ ਕੇ ਸੀ ਜਾਂ ਐਕਸ਼ਨ ਮੋਡ ਚ ਸਰਕਾਰ ਨਜ਼ਰ ਆਏਗੀ ਜਾਂ ਮੁੱਖ ਮੰਤਰੀ ਨਜ਼ਰ ਆਉਣਗੇ ਦੇਖੋ ਇਲੈਕਸ਼ਨ ਤੋਂ ਬਾਅਦ ਹੁਣ ਐਕਸ਼ਨ ਮੋਡ ਦੀ ਹੀ ਬਾਰੀ ਹੈ ਕਿਉਂਕਿ ਜੇ ਇਸ ਵੇਲੇ ਐਕਸ਼ਨ ਮੋਡ 'ਚ ਸਰਕਾਰ ਨਹੀਂ ਆਂਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਵਿਧਾਨ ਸਭਾ ਚੋਣਾਂ ਜਦੋਂ ਨੇੜੇ ਆਉਣਗੀਆਂ ਤਾਂ ਨੁਕਸਾਨ ਕਾਂਗਰਸ ਪਾਰਟੀ ਨੂੰ ਹੁੰਦਾ ਨਜ਼ਰ ਆਏਗਾ ਜੇ ਪਾਰਟੀ ਦੇ ਵੋਟ ਸ਼ੇਅਰ ਦੀ ਗੱਲ ਕਰੀਏ ਉਹ ਭਾਵੇਂ 2% ਵੱਧ ਗਿਆ ਪਰ ਜੇ ਇਹਨਾਂ ਤੇਰਾ ਲੋਕ ਸਭਾ ਸੀਟਾਂ ਦੇ ਨਤੀਜੇ ਨੂੰ ਆਪਾਂ ਹਲਕੇ ਵਾਈਜ਼ 117 ਹਲਕਿਆਂ ਵਾਈਜ਼ ਲਾ ਕੇ ਜਾਈਏ ਤਾਂ ਕਾਂਗਰਸ ਨੂੰ ਨੁਕਸਾਨ ਹੋਇਆ 9 ਸੀਟਾਂ ਦਾ ਸੋ ਉਹ ਨੁਕਸਾਨ ਦੀ ਪਰਪਾਈ ਕਿਵੇਂ ਹੋਏਗੀ ਕਿ ਆਉਣ ਵਾਲੇ ਸਮੇਂ 'ਚ ਇੰਟੀਨ ਕੰਪਨਸੀ ਫੈਕਟਰ ਕੰਮ ਕਰੇਗਾ ਬਿਲਕੁਲ ਅੱਜ ਦੀ ਮੀਟਿੰਗ ਤੋਂ ਬਾਅਦ ਤੈਅ ਹੋਏਗਾ ਕਿ ਐਕਸ਼ਨ ਮੋਰਚ ਕਿੰਨੀ ਕੁ ਸਰਕਾਰ ਹੈ ਹੂੰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚਰਚਾ ਕਰਨ ਦੇ ਲਈ ਤੇ ਫਿਲਹਾਲ ਦੀ ਗੱਲ ਕਰੀ ਤਾਂ ਸਾਡੇ ਨਾਲ ਨਵਨੀਤ ਵੱਧਵਾ ਜੁੜੇ ਹੋਏ ਸਨ ਜਿਹੜੇ ਦੱਸ ਰਹੇ ਸੀਗੇ ਕਿ ਸਖਤ ਜਾਂ ਫਿਰ ਨਰਮ ਲੈਜ਼ਾ ਇਹ ਹੋਏਗਾ ਤੇ ਗੱਲਬਾਤ ਜਿਹੜੀ ਹੈਗੀ ਆ ਉਹ ਇਹ ਹੋएगी ਮੀਟਿੰਗ ਦੇ ਵਿੱਚ ਕਿ ਵਿਧਾਇਕ ਜਿਹੜੇ ਨੇ ਉਹਨਾਂ ਦੇ ਕੀ ਫੈਸਲਾ ਆਉਂਦਾ ਹੈ ਜਾਂ ਫਿਰ ਨਵਜੋਤ ਸਿੱਧੂ ਆਉਂਦੇ ਨੇ ਕਿ ਨਹੀਂ ਇਹ ਵੱਡਾ ਸਵਾਲ ਰਹੇਗਾ ਕਿਉਂਕਿ ਬੜੇ ਲੰਮੇ ਸਮੇ ਤੋਂ ਕਾਫੀ ਦਿਨਾਂ ਤੋਂ ਤਲਖੀ ਚੜੀ ਹੈ ਉਹ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਆਪਸ ਤੇ ਵਿੱਚ ਵੀ ਦਿਖ ਰਹੀ ਹੈ ਕਿਉਂਕਿ ਬਿਆਨਬਾਜ਼ੀਆਂ ਦਾ ਦੌਰ جاری ਸੀ ਉਸ ਤੋਂ ਬਾਅਦ ਜਿਹੜੇ ਕੈਬਨਿਟ ਮੰਤਰੀ ਨੇ ਸੀਨੀਅਰ ਨੇਤਾ ਨੇ ਕਾਂਗਰਸ ਦੇ ਭਾਵੇਂ ਤਰਮ ਸੋਦੀ ਦੀ ਗੱਲ ਕਰੀਏ ਭਾਵੇਂ ਬ੍ਰਮਹਿੰਦਰਾ ਦੀ ਗੱਲ ਕਰੀਏ ਤਾਂ ਉਹ ਵੀ ਸਖਤ ਨਜ਼ਰ ਆਏ ਤੇ ਜੇ ਨਵਜੋਸ ਸਿੱਧੂ ਮੀਟਿੰਗ ਦੇ ਵਿੱਚ ਆਉਂਦੇ ਵੀ ਨੇ ਤਾਂ ਫਿਰ ਕਿਸ ਤਰ੍ਹਾਂ ਦਾ ਰਵਈਆ ਜੜਾ ਹੈਗਾ ਉਹ ਦੇਖਣ ਨੂੰ ਮਿਲੇਗਾ